ਪੰਜਾਬੀ ਫਿਲਮ ਆ ਰਹੀ ਹੈ ਵੈਸਟਰਨ ਕਵਈਆ ਜਿਸ ਦੀ ਸਟਾਰ ਕਾਸਟ ਇਸ ਵਕਤ ਮੌਜੂਦ ਹੈ ਕਿਉਂਕਿ ਫਿਲਮ ਦਾ ਪੋਸਟਰ ਹਾਲੀ ਦੇ ਵਿੱਚ ਲਾਂਚ ਕੀਤਾ ਗਿਆ ਸੋ ਇਸ ਵਕਤ ਅਸੀਂ ਗੱਲ ਕਰਾਂਗੇ ਗੋਲਡਨ ਸਿੰਘ ਦੇ ਫਿਲਮ ਦੇ ਵਿੱਚ ਬੈਸਟ ਫਰੈਂਡ ਯਾਨੀ ਕਿ ਕਸ਼ਮੀਰ ਸੰਗਾਜੀ ਦੇ ਨਾਲ ਫਿਲਮ ਦੇ ਵਿੱਚ ਕਿਵੇਂ ਇੰਟਰਸਟ ਬਣਿਆ ਕਿ ਤੁਸੀਂ ਸੋਚਿਆ ਕਿ ਹਾਂ ਵੀ ਮੈਨੂੰ ਇਹ ਫਿਲਮ ਕਰਨੀ ਚਾਹੀਦੀ ਤੇ ਇਹ ਫਿਲਮ ਤੁਹਾਡੇ ਤੱਕ ਕਿਵੇਂ ਪਹੁੰਚੀ ਦੇਖੋ ਜੀ ਆ ਮੈਂ ਤੁਹਾਨੂੰ ਦੱਸਣ ਰਿਹਾ ਥੋੜੇ ਦਿਨਾਂ ਨੂੰ 10 15 ਦਿਨਾਂ ਨੂੰ ਪਤਾ ਲੱਗ ਜੂਗਾ ਸਾਰਾ ਕੁਛ ਮੈਂ ਤੁਹਾਨੂੰ ਜਰੂਰ ਫੋਨ ਤੇ ਦੱਸਾਂਗਾ ਠੀਕ ਹੈ ਅੱਛਾ ਬਾਬਾ ਦਾ ਕੀ ਹੁੰਦਾ ਐ ਹੋਜੂ ਕਿਦ ਦਿਨ ਕਹੋ ਕਿਦ ਦਿਨ ਕਹੋ ਕਿਦ ਦਿਨ ਕਹੋ ਹੋਜੂ ਉਹ ਕਹਿੰਦੀ ਨਹੀਂ ਤੇਰੇ ਘਰ ਪੋਤਰਾ ਆਇਆ ਪਾਰਟੀ ਦੇ ਕਹਿੰਦੀ ਕਿਦ ਦਿਨ ਕਹੋ ਕਿਦ ਦਿਨ ਕਹੋ ਕਿਦ ਦਿਨ ਕਹੋ ਬਾਹੂ ਕੁਛ ਨਹੀਂ ਕਰਨਾ ਪੈਂਟ ਨਹੀਂ ਪੋਣਾ ਕੁਛ ਨਹੀਂ ਲਾਉਣਾ ਸਿੰਪਲ ਬਣ ਕੇ ਹੋਣਾ ਹੈ ਕਦੇ ਨਹੀਂ ਬਾਹੂ ਕਦੇ ਨਹੀਂ ਕਦੇ ਨਹੀਂ ਸੋਚਣਾ ਬਾਹੂ ਕਦੇ ਨਹੀਂ ਸੋਚਣਾ ਸੰਗਾ ਤੇਰੇ ਨਾਲ ਕਰ ਗੁਰੂ ਸਾਹਿਬ ਕਰੇ ਹੱਥ ਹੋਵੇ ਗੁਰੂ ਸਾਹਿਬ ਦਾ ਤੇ ਕੁਛ ਨਹੀਂ ਹੁੰਦਾ ਜੀ ਆ ਫੇਰੇ ਵਾਲ ਵੰਗਾ ਨਹੀਂ ਹੁੰਦਾ ਗੁਰੂ ਸਾਹਿਬ ਫੇਰੇ ਕਿਦਨ ਕੋ ਕਿਦਨ ਕੋ ਹੋਈ ਜਾਣੀ ਹੋਈ ਜਾਣੀ ਰੁਕਣੀ ਨਹੀਂ ਸੱਚਗਾਲਟੀ ਫੈਕਟ ਨਿਊਜ਼ ਵੈਕਲ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਸੋਨੀਆ ਤੇ ਇਸ ਵਕਤ ਜਿਵੇਂ ਕਿ ਤੁਹਾਨੂੰ ਅਸੀਂ بار بار ਮਿਲਵਾ ਰਹੇ ਹਾਂ ਸਟਾਰ ਕਾਸਟ ਦੇ ਨਾਲ ਕਿਉਂਕਿ ਪੰਜਾਬੀ ਫਿਲਮ ਆ ਰਹੀ ਹੈ ਵੈਸਟਰਨ ਕਵਈਆ ਜਿਸ ਦੀ ਸਟਾਰ ਕਾਸਟ ਇਸ ਵਕਤ ਮੌਜੂਦ ਹੈ ਕਿਉਂਕਿ ਫਿਲਮ ਦਾ ਪੋਸਟਰ ਹਾਲੀ ਦੇ ਵਿੱਚ ਲਾਂਚ ਕੀਤਾ ਗਿਆ ਸੋ ਇਸ ਵਕਤ ਅਸੀਂ ਗੱਲ ਕਰਾਂਗੇ ਗੋਲਡਨ ਸਿੰਘ ਦੇ ਫਿਲਮ ਦੇ ਵਿੱਚ ਬੈਸਟ ਫਰੈਂਡ ਯਾਨੀ ਕਿ ਕਸ਼ਮੀਰ ਸੰਗਾਜੀ ਦੇ ਨਾਲ ਸੱਚਗਾਲ ਸਰ ਸੱਚਗਾਲ ਜੀ ਸੱਚਗਾਲ ਤੁਹਾਡਾ ਸਵਾਗਤ ਹੈ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਛਾ ਫਿਲਮ ਦੀ ਗੱਲ ਕਰੀਏ ਤਾਂ ਤੁਸੀਂ ਫਿਲਮ ਦੇ ਵਿੱਚ ਵੈਸਟਰਨ ਗਵੇਆ ਦੇ ਵਿੱਚ ਨਜ਼ਰ ਆ ਰਹੇ ਹੋ ਆ ਰਹੇ ਹੋ ਬੱਬਰ ਜੀ ਦੇ ਨਾਲ ਤੇ ਤੁਹਾਡਾ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਰੈਕਟਰ ਹੋਣ ਵਾਲਾ ਹੈ ਦੇਖੋ ਜੀ ਆ ਜੋਕੇ ਜਿਹਾ ਸੰਗੇ ਜਾਗੇ ਥੋੜੇ ਦਿਨਾਂ ਨੂੰ ਜੋਕੇ ਜਾਣਾ ਹੈ ਜੋਕੇ ਜਾ ਕੇ ਦੱਸਾਂਗਾ ਸਾਰਾ ਕੁਝ ਹਾਂ ਸਾਰਾ ਕੁਝ ਆਜਪਤਾ ਸਾਹਮਣੇ ਦੱਸ ਤੁਹਾਨੂੰ ਮੈਂ ਚੰਡੀਗੜ੍ਹ ਆਵਾਂਗਾ ਬਾਅਦ ਜੋਕੇ ਹੋ ਕੇ ਫਿਰ ਮੈਂ ਦੱਸਾਂਗਾ ਜ਼ਰੂਰ ਦੱਸਾਂਗਾ ਜੀ ਅੱਛਾ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਰਹੇ ਹੋ ਤੇ ਉਹ ਪਾਰਟੀ ਦਾ ਸ਼ਰਮਣੀ ਕਾਲੀ ਦਰ ਦਾ ਪੰਜਾਬ ਦਾ ਅਜਾ ਉਥੋ ਦੀ ਐਕਟਿੰਗ ਲਾਈਨ ਦੇ ਵਿੱਚ ਹੋਣਾ ਇਹ ਕਿਵੇਂ ਹੋਇਆ ਆ ਰੱਬ ਹੀ ਕਰਦਾ ਸਾਰਾ ਕੁਝ ਜੀ ਜੋ ਰੱਬ ਨੇ ਕੀਤਾ ਬਹੁਤ ਵਧੀਆ ਕੀਤਾ ਠੀਕ ਕਰਦਾ ਮੈਂ ਸੋਚਿਆ ਨਹੀਂ ਕਰੀ ਇਹੋ ਜੀ ਕੱਲਾ ਬਾਕੀ ਜੇ ਰੱਬ ਠੀਕ ਕਰਦਾ ਵਧੀਆ ਕਰਦਾ ਸਾਰਾ ਬਸ ਕੀ ਤੁਹਾਡਾ ਐਕਟਿੰਗ ਦੇ ਵਿੱਚ ਇੰਟਰਸਟ ਸੀਗਾ ਕਿ ਹਾਂ ਮੈਨੂੰ ਐਕਟਿੰਗ ਕਰਨੀ ਹੈ ਵੱਡੇ ਪਰਦੇ ਤੇ ਨਜ਼ਰ ਆਣਾ ਆਹ ਕਰੀ ਮੈਂ ਦੱਸਦਾ ਦੱਸਦਾ ਕਿਤੇ ਘਰੇ ਧਿਆਨ ਹੀ ਨਹੀਂ ਆ ਰਾ ਰਾਜਨੀਤੀ 'ਚ ਸਾਡਾ ਬਹੁਤ ਧਿਆਨ ਹੀ ਰਾਜਨੀਤੀ 'ਚ ਪਤਾ ਲੱਗਦਾ ਹੈ ਕਿਸ ਬੰਦੇ ਨੂੰ ਠੇਪੀ ਮਾਰਨੀ ਹੈ ਕਿਸ ਨੂੰ ਡੇਗਣਾ ਕਿਸ ਨੂੰ ਕੀ ਕਰਨਾ ਤਰੋ ਸਮਾਂ ਵੋਟਾਂ ਦਾ ਆਉਣਾ ਉਹ ਤੋਂ ਫਿਰ ਵੋਟਾਂ ਦੇ ਸਮੇਂ ਤੇ ਸਾਨੂੰ ਚਲੋ ਵਧੀਆ ਹੁੰਦਾ ਹੈ ਪਰ ਚਾਹ ਹੁੰਦਾ ਹੈ ਕਿ ਤਰ੍ਹਾਂ ਕੋਈ ਸਾਗਰਾਂ ਦਾ ਕੋਈ ਚਾਹ ਕੇ ਬੱਚੇ ਨੂੰ ਠਾਕਾ ਲੱਗਦਾ ਸਾਨੂੰ ਚਾਹ ਹੁੰਦਾ ਜਦ ਵੋਟਾਂ ਆ ਗਈਆਂ ਜਦ ਵੋਟਾਂ ਨੂੰ ਕਿਤਨਾ ਕਿਤਨਾ ਲੋਕਾਂ ਨੂੰ ਕਹਿ ਕੇ ਅਪੀਲ ਕਰਾਂਗੇ ਤਾਂ ਵੋਟਾਂ ਪਾਉ ਜਰ ਸਾਨੂੰ ਠੀਕ ਹੈ ਨਾ ਅੱਛਾ ਪੋਲਿਟੀਕਲ ਤੇ ਐਕਟਿੰਗ ਲਾਈਨ ਦਾ ਕੋਈ ਮੇਲ ਹੈ ਮਤਲਬ ਪੋਲੀਟੀਕਲ ਜਿਹੜੇ ਲੀਡਰਸ ਹੁੰਦੇ ਉਹ ਐਕਟ ਕਰਦੇ ਆ ਆਡੀਅנס ਨੂੰ ਪਰਮਾਉਣ ਦੇ ਲਈ ਤੇ ਕਿ ਤੁਹਾਨੂੰ ਇਦਾਂ ਲੱਗਦਾ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਰਾਜਨੀਤੀ ਆਪਣੇ ਥਾਂ ਤੇ ਕੇਰੇ ਸੱਭਿਆਚਾਰ ਆਪਣੇ ਥਾਂ ਤੇ ਜੀ ਠੀਕ ਹੈ ਸੱਭਿਆਚਾਰ ਲੋਕੀ ਬਹੁਤ ਪਸੰਦ ਕਰਦੇ ਆ ਬਹੁਤ ਲੋਕੀ ਸੁਣਦੇ ਆ ਬੱਚੇ ਘਰਾਂ ਚ ਬੈ ਕੇ ਸੁਣਦੇ ਆ ਬਹੁਤ ਵਧੀਆ ਫਿਲਮਾਂ ਦੇ ਲੋਕੀ ਬਹੁਤ ਧਿਆਨ ਨਾਲ ਸੁਣਦੇ ਆ ਤੇਰੋ ਬੱਚ ਕਰੋ ਛੁੱਟੀ ਹੁੰਦੀ ਆ ਉਦੋਂ ਫਿਰ ਲੋਕ ਫਿਲਮਾਂ ਵਾਲੇ ਪਾਸੇ ਆ ਜਾਂਦੇ ਆ ਉਹ ਸੋਚਦੇ ਚਲੋ ਯਾਰ ਅੱਜ ਫਿਲਮ ਦੇਖੀਏ ਜਾਗੇ ਠੀਕ ਅੱਛਾ ਤੁਹਾਡੇ ਐਕਸੈਂਟ ਦੇ ਵਿੱਚ ਨਾ ਅਸੀਂ ਗੱਲ ਕਰਨਾ ਚਾਹਾਂਗੇ ਜਿਸ ਐਕਸੈਂਟ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਠੀਕ ਹੈ ਅੱਛਾ ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਫਿਲਮਾਂ ਵਿੱਚ ਮਤਲਬ ਇੱਕ ਅਲੱਗ ਚੀਜ਼ ਹੁੰਦੀ ਆ ਪੋਲਿਟੀਕਲ ਅਲੱਗ ਚੀਜ਼ ਹੈ ਫਿਲਮਾਂ ਅਲੱਗ ਚੀਜ਼ ਹੈ ਸੋ ਤੁਹਾਡਾ ਇਸ ਫਿਲਮ ਦੇ ਵਿੱਚ ਕਿਵੇਂ ਇੰਟਰਸਟ ਬਣਿਆ ਕਿ ਤੁਸੀਂ ਸੋਚਿਆ ਕਿ ਹਾਂ ਵੀ ਮੈਨੂੰ ਇਹ ਫਿਲਮ ਕਰਨੀ ਚਾਹੀਦੀ ਤੇ ਇਹ ਫਿਲਮ ਤੁਹਾਡੇ ਤੱਕ ਕਿਵੇਂ ਪਹੁੰਚੀ ਹੈ ਦੇਖੋ ਜੀ ਆ ਮੈਂ ਤੁਹਾਨੂੰ ਦੱਸਣ ਦਿਆਂ ਥੋੜੇ ਦਿਨਾਂ ਨੂੰ 10 15 ਦਿਨਾਂ ਨੂੰ ਪਤਾ ਲੱਗ ਜਾਊਗਾ ਸਾਰਾ ਕੁਝ ਮੈਂ ਤੁਹਾਨੂੰ ਜ਼ਰੂਰ ਫੋਨ ਤੇ ਦੱਸਾਂਗਾ ਠੀਕ ਹੈ ਅੱਛਾ ਕੀ ਬੰਦਾ ਤੇ ਕੀ ਹੁੰਦਾ ਐ ਹੋਜੂ ਕਿਦ ਦਿਨ ਕਾਓ ਕਿਦ ਦਿਨ ਕਾਓ ਕਿਦ ਦਿਨ ਕਾਹੋ ਜੂ ਬਾਹ ਕੁੱਛ ਨਹੀਂ ਕਰਦਾ ਪੈਂਟ ਨਹੀਂ ਪਾਉਣਾ ਕੁੱਛ ਨਹੀਂ ਲਾਉਣਾ ਸਿੰਪਲ ਬਣ ਕੇ ਆਉਣਾ ਹੈ ਕبھی ਨਹੀਂ ਬਾਹ ਕبھی ਨਹੀਂ ਕبھی ਨਹੀਂ ਸੋਚਣਾ ਬਾਹ ਕبھی ਨਹੀਂ ਸੋਚਣਾ ਸੰਗਾ ਤੇਰੇ ਨਾਲ ਖੜਾ ਠੀਕ ਹੈ ਆ ਸਾਡੇ ਦੇਖੋ ਰੱਬ ਕਰਦਾ ਸਾਰਾ ਕੁਝ ਜੋ ਕਰਦਾ ਬੰਦਾ ਨਹੀਂ ਬੰਦਾ ਬੰਦਾ ਦੇਖੋ ਬੰਦੇ ਨੂੰ ਬੰਦਾ ਮਾਰਦਾ ਆ ਉਹ ਕਹਿੰਦਾ ਜਾ ਰਿਹਾ ਬੰਦਾ ਤਰੱਕੀ ਕਰਨ ਦੇ ਆ ਇਹਨੂੰ ਮਾਰਨਾ ਕਿ ਤਰਾ ਇਹਨੂੰ ਗੱਡੀ ਥੱਲੇ ਦੇ ਦਈਏ ਗੱਡੀ ਦੀ ਸਾਈਡ ਥੱਲੇ ਲਿਜਾ ਗਏ ਮਾਰ ਦਿੱਤੀ ਸਾਡੇ ਦੁਨੀਆ ਤੇ ਬਹੁਤ ਚੱਲਦਾ ਇਹੋ ਜੀ ਚੀਜ਼ਾਂ ਬਾਕੀ ਗੁਰੂ ਸਾਹਿਬ ਨਾਲ ਮਾਰੇ ਰੱਬ ਨਾਲ ਮਾਰੇ ਕੋਈ ਬੰਦਾ ਅੱਪਕੇ ਦੇ ਕਹਿੰਦੇ ਨਹੀਂ ਮਰਦਾ ਗੁਰੂ ਸਾਹਿਬ ਕੇਰੇ ਹੱਥ ਹੋਵੇ ਗੁਰੂ ਸਾਹਿਬ ਦਾ ਤੇ ਕੁਝ ਨਹੀਂ ਹੁੰਦਾ ਜੀ ਹਾਂ ਫਿਰ ਵਾਲਵੰਗਾ ਨਹੀਂ ਹੁੰਨ ਦਿੰਦਾ ਗੁਰੂ ਸਾਹਿਬ ਫਿਰ ਕਿਦਨ ਕੋ ਕਿਦਨ ਕੋ ਹੋਈ ਯਾਨੀ ਹੋਈ ਯਾਨੀ ਰੁਕਣੀ ਨਹੀਂ ਬਸ ਹਾਂ ਅੱਛਾ ਫਿਲਮ ਦੀ ਸ਼ੂਟਿੰਗ ਹਾਲੇ ਸ਼ੁਰੂ ਹੋਣੀ ਆ ਪਰ ਇਹ ਫਿਲਮ ਤੁਹਾਨੂੰ ਕਿੱਦਾਂ ਮਿਲੀ ਇਹ ਜਾਨਣਾ ਚਾਹਾਂਗੇ ਇਸ ਦੇ ਪਿੱਛੇ ਦੀ ਕਹਾਣੀ ਕੀ ਫਿਲਮ ਮੈਂ ਤੁਹਾਨੂੰ ਕਿਹਾ ਮੈਂ ਥੋੜੇ ਦਿਨਾਂ ਬਾਅਦ ਦੱਸ ਦਾਂਗਾ ਤੁਹਾਨੂੰ ਮਤਲਬ ਹਾਲੇ ਡਿਸਕਲੋਜ਼ ਨਹੀਂ ਕਰਨਾ ਤੁਹਾਨੂੰ ਮੈਂ ਕੱਲ ਤੇ ਦੱਸ ਦਾਂਗਾ ਕਈ ਚੀਜ਼ਾਂ ਗੁਪਤ ਹੁੰਦੀਆਂ ਆ ਤੁਹਾਨੂੰ ਮੈਂ ਕੱਲ ਤੇ ਜ਼ਰੂਰ ਦੱਸਾਂਗਾ ਹਾਂ ਅੱਛਾ ਤੁਹਾਡੇ ਕਿਰਦਾਰ ਕਿੱਦਾਂ ਦਾ ਹੋਏਗਾ ਫਨੀ ਹੋਏ ਉਹ ਜੀ ਦੇਖੀ ਜਾਇਓ ਕਈ ਪੇਸ਼ ਬਦਲਾਂਗੇ ਕਈ ਕਹਿੰਦੇ ਪਿੰਟ ਨਹੀਂ ਪਾਉਣੀ ਪਿੰਟ ਕੀ ਬਤਾ ਸੰਗੇ ਨੂੰ ਪਿੰਟ ਪਾਉਣੀ ਪੈ ਜੇ ਠੀਕ ਹੈ ਨਾ ਪਿੰਡ ਪਾ ਕੇ ਕਰਨਾ ਪਊ ਸਾਰਾ ਕੁਝ ਕਰਨਾ ਪਊਗਾ ਜੀ ਠੀਕ ਹੈ ਨਾ ਦੇਖੋ ਜਨਤਾ ਨੂੰ ਖੁਸ਼ ਕਰਨਾ ਤੇ ਬੜਾ ਕੁਝ ਚਾਹੀਦਾਗੇ ਜਨਤਾ ਨੂੰ ਖੁਸ਼ ਕਰਨਾ ਤੇ ਬੜਾ ਲੋਕੀ ਬਲਟ ਚ ਦੁਨੀਆ ਖੁਸ਼ ਹੋਈ ਕਿਦਨ ਕਹੋ ਕਿਦਨ ਕਹੋ ਦੁਨੀਆ ਖੁਸ਼ ਹੋਈ ਬਹੁਤ ਜ਼ਿਆਦੀ ਜੱਜਾਂ ਤੋਂ ਲੱਗ ਕੇ ਲੋਕ ਸਾਰੇ ਖੁਸ਼ ਹੋਏ ਕਹਿੰਦੇ ਯਾਰ ਸੰਗਾ ਸਾਹਿਬ ਦਾ ਬਹੁਤ ਵਧੀਆ ਸੀਨ ਆ ਕਿਦਨ ਕਹੋ ਕਿਦਨ ਕਹੋ ਔਰ ਕੋਈ ਪਿੰਡਾਂ ਚ ਘਰਾਂ ਚ ਕੋਈ ਪਾਰਟੀ ਮੰਗਦਾ ਨਾ ਬੱਚੇ ਦੀ ਪਾਰਟੀ ਬੱਚਾ ਹੋਇਆ ਤੇਰੇ ਘਰ ਕਹਿੰਦਾ ਯਾਰ ਪਾਰਟੀ ਦੇ ਉਹ ਕਹਿੰਦਾ ਕਿਦਨ ਕਹੋ ਕਿਦਨ ਕਹੋ ਛੁਰ ਹੀ ਹੋ ਗਿਆ ਦੇਖੋ ਪਰਸੋ ਕੋਈ ਕੋਈ ਪਿੰਡ ਲੱਗੇ ਤੇ ਉੱਥੇ ਕੋਈ ਬੀਬੀਆਂ ਨਾ ਰੋਟੀਆਂ ਲਾਉਣ ਡਈਆਂ ਸੀ ਚੁੱਲੇ ਤੇ ਉਹ ਕਹਿੰਦੀ ਨਹੀਂ ਤੇਰੇ ਘਰ ਪੋਤਰਾ ਆਇਆ ਪਾਰਟੀ ਦੇ ਕਹਿੰਦੀ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਮਤਲਬ ਤੁਹਾਡਾ ਡਾਇਲੌਗ ਫੇਮਸ ਪੂਰਾ ਜੀ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਜੀ ਵਰਲਡ ਚ ਵਰਲਡ ਚ ਹੋ ਗਿਆ ਬਾਹਰ ਅਮਰੀਕਾ ਯੂਕੇ ਚ ਬਾਝਾ ਉੱਥੇ ਲੋਕੀ ਉਹ ਗੱਡੀਆਂ ਦੇ ਪਿੱਛੇ ਗੱਡੀਆਂ ਦੇ ਪਲੇਟਾਂ ਦੇ ਲਿਖਿਆ ਕਿਦਨ ਕਹੋ ਕਿਦਨ ਕਹੋ ਗੱਡੀਆਂ ਦੇ ਪਿੱਛੇ ਪਲੇਟਾਂ ਲਾਤੀਆਂ ਟਰੱਕਾਂ ਦੇ ਪਲੇਟਾਂ ਲਾਤੀਆਂ ਜੀ ਆ ਨੰਦਪੁਰ ਸਾਹਿਬ ਹੋਲਾ ਮੱਲਾ ਹੀ ਹੋਲੇ ਮੱਲੇ ਤੇ ਲੋਕਾਂ ਨੇ ਗੱਡੀਆਂ ਤੇ ਪਲੇਟਾਂ ਟਰਾਲੀਆਂ ਤੇ ਲਾਂ ਕਿਦਨ ਕਹੋ ਕਿਦਨ ਕਹੋ ਮੈਂ ਖੁਦ ਦੇਖਿਆ ਜੀ ਅੱਛਾ ਕਿਦਾਂ ਦਾ ਲੱਗਦਾ ਇਹ ਸਭ ਚੀਜ਼ਾਂ ਵੇ ਬੜਾ ਪਿਆਰਾ ਲੱਗਦਾ ਜੀ ਮੈਂ ਕਹਿੰਦਾ ਮਰ ਸਾਰਿਆਂ ਜਾਣਾ ਇਸ ਦੁਨੀਆ ਤੋਂ ਰਹਿਣਾ ਕਿਸ ਨਹੀਂ ਸਾਰਿਆਂ ਨੇ ਹੱਥ ਧੋ ਜਾਣੇ ਆ ਠੀਕ ਹੈ ਨਾ ਮਰਨ ਲੱਗਾ ਕੋਈ ਕਹੂਗਾ ਨਾ ਕਿਦਨ ਕਹੋ ਕਿਦਨ ਕਹੋ ਹੈ ਇਹ ਠੀਕ ਹੈ ਨਾ ਅੱਛਾ ਸੋਸ਼ਲ ਮੀਡੀਆ ਵੀ ਤੁਸੀਂ ਕਾਫੀ ਜ਼ਿਆਦਾ ਤੁਹਾਨੂੰ ਪਸੰਦ ਕੀਤਾ ਜਾਂਦਾ ਸੋ ਹੁਣ ਫਿਲਮਾਂ ਦੇ ਵਿੱਚ ਵੀ ਆਓਗੇ ਤੁਹਾਨੂੰ ਲੱਗਦਾ ਆਡੀਅנס ਦੇ ਵੱਲੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲੇਗਾ ਬ ਜੋ ਰੱਬ ਕਰੂ ਬਹੁਤ ਵਧੀਆ ਉਹ ਠੀਕ ਹੋਊਗਾ ਕੋਈ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੈਂ ਦੇਖੋ ਜੀ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਆ ਤੇ ਆਪਣੇ ਮਾਪੇ ਤਾਂ ਦੀ ਸੇਵਾ ਕਰਿਆ ਕਰੋ ਠੀਕ ਹੈ ਸਭ ਤੋਂ ਦੇਖੋ ਤਰੋ ਮਾਂ ਕੇਰੀ ਜਨਮ ਦਿੰਦੀ ਆ ਬੱਚੇ ਨੂੰ ਮਾਂ ਕੇਰੀ ਉਸ ਟਾਈਮ ਤੇ ਗਿੱਲੇ ਥਾਂ ਪਾਉਂਦੀ ਆ ਤੇ ਪੁੱਤਰ ਨੂੰ ਸੁੱਕੇ ਥਾਂ ਪਾਉਂਦੀ ਆ ਮਾਂ ਦੀ ਮਾਪੇ ਤਾਂ ਦੀ ਸੇਵਾ ਕਰੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਸਭ ਤੋਂ ਵੱਧ ਮਾਪੇ ਤਾਂ ਦੀ ਸੇਵਾ ਕਰੋ ਬਸ ਮੇਰਾ ਇਹੋ ਹੀ ਸੁਨਾਏ ਸਾਰਿਆਂ ਨੂੰ ਠੀਕ ਹੈ ਸਤਿ Thank you so much sir.